ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ, ਸ਼ੁਰੂਆਤ ਕਰਦੇ ਹਾਂ ਪੰਜਾਬ ਸਰਕਾਰ ਦਾ ਵੱਡਾ ਫੈਸਲਾ। ਹੁਣ ਗਵਰਨਰ ਨਹੀਂ ਸਗੋਂ ਮੁੱਖ ਮੰਤਰੀ ਹੀ ਹੋਣਗੇ ਯੂਨੀਵਰਸਿਟੀਆਂ ਦੇ ਚਾਂਸਲਰ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਖਤਮ ਹੋ ਗਈ ਹੈ ਜੀ। ਪੰਜਾਬ ਯੂਨੀਵਰਸਿਟੀਜ਼ ਕਾਨੂੰਨ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਜੀ। ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਸੂਬੇ ਦੇ ਗਵਰਨਰ ਨਹੀਂ ਹੋਣਗੇ ਸਗੋਂ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਯੂਨੀਵਰਸਿਟੀਆਂ ਦੇ ਚਾਂਸਲਰ ਬਿੱਲ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ। ਪੰਜਾਬ 'ਚ 32 ਯੂਨੀਵਰਸਿਟੀਆਂ ਹਨ, ਜੇ ਵਾਈਸ ਚਾਂਸਲਰ ਚੰਗਾ ਆ ਜਾਵੇ ਤਾਂ ਯੂਨੀਵਰਸਿਟੀਆਂ ਦਾ ਕਲਿਆਣ ਹੋ ਜਾਂਦਾ। ਉਹਨਾਂ ਨੇ ਕਿਹਾ ਕਿ ਜੇਕਰ VC ਸੋਚ ਲਵੇ ਕਿ ਸੰਸਥਾ ਨੂੰ ਅੱਗੇ ਲਿਜਾਣਾ ਤਾਂ ਉਹ ਅਜਿਹਾ ਕਰ ਸਕਦੇ ਹਨ। ਸਾਨੂੰ ਸਮੱਸਿਆ ਇਹ ਆਉਂਦੀ ਹੈ ਕਿ ਜੇਕਰ ਅਸੀਂ ਚੰਗੇ VC ਲਾਉਣਾ ਚਾਹੁੰਦੇ ਹਾਂ। ਕਿਹਾ ਜਾਂਦਾ ਹੈ ਕਿ ਸਰਕਾਰ 3 ਨਾਮ ਚੁਣ ਕੇ ਦੇਵੇ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਰਾਜਪਾਲ ਚੋਣ ਕਰੇਗਾ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਯੂਨੀਵਰਸਿਟੀਆਂ ਅੰਦਰ ਗਵਰਨਰ ਦੀ ਬਜਾਏ ਮੁੱਖ ਮੰਤਰੀ ਮੌਕੇ ਦਾ ਚਾਂਸਲਰ ਹੋਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਅਤੇ ਬੰਗਾਲ ਦੇ ਵਿੱਚ ਵੀ ਇਹ ਨਿਯਮ ਲਾਗੂ ਕਰ ਦਿੱਤਾ ਗਿਆ ਹੈ। WHO ਨੇ ਭਾਰਤ ਵਿੱਚ ਬਣੇ 7 ਕਫ ਸੀਰਪ ਨੂੰ ਬਲੈਕਲਿਸਟ ਕੀਤਾ, ਕਈ ਦੇਸ਼ਾਂ 'ਚ ਮੌਤਾਂ ਦਾ ਦੱਸਿਆ ਕਾਰਨ। ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਦੇ ਵਿੱਚ 300 ਤੋਂ ਵੱਧ ਮੌਤਾਂ ਨਾਲ ਜੁੜੇ ਘਟੀਆ ਦਵਾਈਆਂ ਅਤੇ ਸੀਰਪ ਦੀ ਜਾਂਚ ਲਈ ਭਾਰਤ ਵਿੱਚ ਬਣੇ 7 ਕਫ ਸੀਰਪ ਨੂੰ ਬਲੈਕਲਿਸਟ ਕੀਤਾ। ਸੰਸਥਾ ਨੇ ਮੰਨਿਆ ਹੈ ਕਿ ਨਸ਼ੇ ਕਈ ਦੇਸ਼ਾਂ ਦੇ ਵਿੱਚ ਮੌਤ ਦਾ ਕਾਰਨ ਬਣੇ ਹਨ। ਇਸ ਸੰਬੰਧੀ WHO ਦੇ ਬੁਲਾਰੇ ਨੇ ਕਿਹਾ ਕਿ ਭਾਰਤੀ ਅਤੇ ਇੰਡੋਨੇਸ਼ੀਆਈ ਦਵਾਈਆਂ ਦੁਆਰਾ ਬਣਾਏ ਗਏ 20 ਕਫ ਸੀਰਪ ਦੀ ਜਾਂਚ ਕੀਤੀ ਗਈ। ਇਹਨਾਂ ਦਵਾਈਆਂ ਵਿੱਚ ਵੱਖ ਵੱਖ ਫਾਰਮਾਸਿਊਟੀਕਲਾਂ ਵੱਲੋਂ ਨਿਰਮਿਤ ਕਫ ਸੀਰਪ ਅਤੇ ਵਿਟਾਮਿਨ ਸ਼ਾਮਲ ਨੇ। ਵਰਣਨਯੋਗ ਹੈ ਕਿ ਉਜ਼ਬੇਕਿਸਤਾਨ, ਗਾਂਬੀਆ ਅਤੇ ਨਜ਼ੀਰੀਆ ਸਮੇਤ ਕੁਝ ਦੇਸ਼ਾਂ ਨੇ ਹਾਲ ਹੀ ਦੇ ਵਿੱਚ ਭਾਰਤ ਵਿੱਚ ਬਣੀਆਂ ਇਹਨਾਂ ਕਫ ਸੀਰਪ ਦਵਾਈਆਂ ਨੂੰ ਮੌਤਾਂ ਨਾਲ ਜੋੜਿਆ ਹੈ। WHO ਨੇ ਭਾਰਤ ਵਿੱਚ ਨਿਰਮਿਤ ਇਹਨਾਂ ਖੰਘ ਦੇ ਸਿਰਪਾਂ ਦੇ ਇੱਕ ਮੈਡੀਕਲ ਉਤਪਾਦ ਅਲਰਟ ਜਾਰੀ ਕੀਤਾ ਹੈ। ਸਿੱਧੂ ਮੂਸੇਵਾਲਾ ਦੀ ਦਿਨ ਬ ਦਿਨ ਵੱਧ ਰਹੀ ਪਾਪੂਲੈਰਿਟੀ, ਹੁਣ WWE ਸੁਪਰ ਸਟਾਰ ਜੌਨ ਸਿਨਹਾ ਨੇ ਦਿਖਾਇਆ ਪਿਆਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਾਂ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ। ਖਾਸ ਗੱਲ ਇਹ ਹੈ ਕਿ 1 ਸਾਲ ਬਾਅਦ ਵੀ ਸਿੱਧੂ ਦੀ ਪ੍ਰਸਿੱਧੀ 'ਚ ਕੋਈ ਕਮੀ ਨਹੀਂ ਆਈ। ਦਰਅਸਲ ਦਿਨ ਬ ਦਿਨ ਸਿੱਧੂ ਆਪਣਾ ਪਿਆਰ ਵਿਖਾਉਣ ਵਾਲਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ। WHO ਸੁਪਰ ਸਟਾਰ ਜੌਨ ਸਿਨਹਾ ਨੇ ਮਰਹੂਮ ਗਾਇਕ ਲਈ ਆਪਣਾ ਪਿਆਰ ਦਿਖਾਇਆ ਅਤੇ WWE ਸੁਪਰ ਸਟਾਰ ਜੌਨ ਸਿਨਹਾ ਨੇ ਆਪਣੇ ਟਵਿੱਟਰ ਖਾਤੇ ਤੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਫੋਲੋ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਥਾਪੀ ਵਾਲਾ ਸਟਾਈਲ ਵੀ ਸਾਂਝਾ ਕੀਤਾ ਹੈ। ਪੰਜਾਬ ਵਿਧਾਨ ਸਭਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਸਿੱਖ ਗੁਰਦੁਆਰਾ ਸੋਧ ਬਿੱਲ 2023 ਪਾਸ। ਪੰਜਾਬ ਵਿਧਾਨ ਸਭਾ ਦੇ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਗੁਰਬਾਣੀ ਸਾਹਿਬ ਦੀ ਸਾਂਝੀ ਹੈ ਅਤੇ ਕਿਸੇ ਇੱਕ ਚੈਨਲ ਨੇ ਇਸਦਾ ਠੇਕਾ ਨਹੀਂ ਲਿਆ। 11 ਸਾਲ ਹੋ ਗਏ ਨੇ ਇੱਕੋ ਚੈਨਲ ਹੀ ਗੁਰਬਾਣੀ ਚਲਾਈ ਜਾਂਦਾ। ਇਹਨਾਂ ਦਾ ਐਗਰੀਮੈਂਟ 21 ਜੁਲਾਈ ਨੂੰ ਖਤਮ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ SGPC ਦੀਆਂ ਚੋਣਾਂ ਹੋਇਆਂ ਨੂੰ 11 ਸਾਲ ਹੋ ਗਏ ਨੇ। ਇਹ ਨਿਯਮ ਹੈ ਕਿ ਜਦੋਂ ਕਿਸੇ ਸੰਸਥਾ ਦੀ 5 ਸਾਲ ਤੱਕ ਚੋਣ ਨਹੀਂ ਹੁੰਦੀ ਤਾਂ ਉਹ ਗੈਰ ਲੋਕਤੰਤਰੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ SGPC ਨੂੰ ਹੁਕਮ ਜਾਰੀ ਕੀਤੇ ਸਨ ਕਿ ਉਹ ਆਪਣਾ ਚੈਨਲ ਬਣਾਉਣ ਜਿਸ 'ਤੇ ਗੁਰਬਾਣੀ ਦਾ ਪ੍ਰਸਾਰਣ ਹੋਵੇ, ਪਰ ਅਜਿਹਾ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਬਾਦਲਾਂ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਬਾਦਲ ਇਸ ਚੈਨਲ ਤੋਂ ਮੋਟੀ ਕਮਾਈ ਕਰ ਰਹੇ ਹਨ। ਉਹਨਾਂ ਨੇ ਕਿਹਾ ਜੀ, ਅਸੀਂ ਇੱਕ ਬਿੱਲ ਲਿਆ ਰਹੇ ਹਾਂ, ਜਦੋਂ ਗੁਰਬਾਣੀ ਚੱਲੇ ਤਾਂ 30 ਮਿੰਟ ਪਹਿਲਾਂ ਅਤੇ 30 ਮਿੰਟ ਬਾਅਦ ਕੋਈ ਵੀ ਐਡ ਨਾ ਚੱਲੇ। ਉਹਨਾਂ ਨੇ ਕਿਹਾ ਜੀ, ਇਸ ਵੇਲੇ ਗੁਰਬਾਣੀ ਫ੍ਰੀ ਟੂ ਏਅਰ ਨਹੀਂ। ਉਹਨਾਂ ਨੇ ਕਿਹਾ ਗੁਰਬਾਣੀ ਨੂੰ ਪੂਰੀ ਦੁਨੀਆ ਵਿੱਚ ਫੈਲਣ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਨੇ ਲੋਕ ਜਿਹੜਾ ਮਰਜ਼ੀ ਚੈਨਲ ਲਾਉਣ, ਉਹਨਾਂ ਨੂੰ ਗੁਰਬਾਣੀ ਸੁਣਨ ਨੂੰ ਮਿਲੇ। ਗੁਰਬਾਣੀ ਦਾ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਅਤੇ ਸਰਕਾਰ ਦਾ ਇਸ ਕਮੇਟੀ 'ਚ ਦਖਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਬਣਦਾ। ਇਸ 'ਤੇ ਪੰਜਾਬ ਵਿਧਾਨ ਸਭਾ 'ਚ ਇਸ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਲੀ ਨੇ ਕਿਹਾ ਹੈ ਕਿ SGPC ਨੂੰ ਆਪਣਾ ਚੈਨਲ ਸ਼ੁਰੂ
करना चाहिए तो इस दे नाल ही उन्होंने कहा है कि सरकार को इस दे विच कोई दखल अंदाजी नहीं करनी चाहिए। बहुत ही अहम मसला जो गुरबाणी दे नाल जुड़िया होया उन्होंने बिल का विरोध करदिया कहा सरकार ते श्रोमणी गुरुद्वारा प्रबंधक कमेटी मिलकर इस ते विचार करके हल कढ़े। उन्होंने कहा जेकर फैसला पास हुंदा तां सरकारां इस दी आड़ विच गलत फैसले लैणगियां जिस दे नाल SGPC विच सरकार दी दखल अंदाजी वधेगी जिस दे नाल सिखां दे मनां नूं भारी ठेस पुजेगी। साल 2025 तक देश के ट्रक ड्राइवरां दे कैबन AC होने लाजमी। गडकरी केंद्रीय मंत्री नितिन गडकरी अनुसार आटो निर्मातावां नूं जल्दी ही ट्रकां दे ड्राइवर कैबनां विच एयर कंडीशनर होणगे। केंद्रीय सड़क ट्रांसपोर्ट अते हाईवे मंत्री ने कहा है कि इन्हां समागमां विच आउण तों पहलां मैं उस फाइल ते हस्ताक्षर कीते ने जो ट्रक ड्राइवरां दे कैबन विच 2025 तक एयर कंडीशनिंग चू लाजमी बनेगा। सानू यह यकीनी बनाना चाहिए जेडे लोग ट्रक चलाउंदे ने उन्हां दा ध्यान रख्या जाए। सारे ड्राइवर 47 डिग्री तापमान विच वाहन चलाउंदे ने। सानू ड्राइवरां दी हालत बारे सोचना चाहिए। मैं मंत्री बनने तो बाद AC कैबन शुरू करन दा चाहवान सी पर कुछ लोगों ने इसका विरोध करदिआं कहा है कि ट्रक की कीमत वध जाएगी। अज मैं इस फाइल ते दस्तखत कीते ने सारे ट्रक कैबन AC कैबन होणगे। महिंद्रा लॉजिस्टिक वालों करवाए समागम में गडकरी ने कहा कि भारत में ड्राइवर की घाट ने नतीजे वजो ट्रक ड्राइवर 16-16 घंटे काम करते हैं। गुरबाणी प्रसार को लेकर PTC के MD रविंदर नारायण की चुनौती। कहा PTC वालों गुरबाणी का प्रसारण पहला ही मुफ्त है। पंजाब की माण सरकार वालों हाल ही गुरबाणी के प्रसारण से फ्री किए जाने का ऐलान किया गया जिसनों लैके PTC नैटवर्क के MD प्रेजिडेंट रविंदर नारायण वालों सोशल मीडिया से पोस्ट साझी करके कहा गया कि पंजाब सरकार को चुनौती दी गई है। रविंदर नारायण ने हाल ही अपने ट्विटर अकाउंट से एक ट्वीट साझा किया जिस चू उन्होंने कहा है कि गुरबाणी का प्रसारण पहला ही मुफ्त है। सारे PTC नैटवर्क चैनलों को भारत सरकार वालों मुफ्त टू एयर चैनलों वजों मनोनीत। उन्होंने कहा जी कोई केबल ऑपरेटर DTH ऑपरेटर कोई पैसा नहीं लैंदा। यह YouTube Facebook से उपलब्ध है। जेकर अजिहा पहला ही है तो माण सरकार गुरबाणी फ्री टू एयर करने का दावा किवें कर सकती है। रविंदर नारायण ने कहा है कि असी पूरी कैबिनेट को चुनौती दें एक अजिहे गाहक का बिल लिया जिस किसी ने भी देश भर के गुरबाणी या शब्द कीर्तन सुनने लिए भुगतान करना पाया हो उसनों 1 करोड़ रुपए का इनाम दिता जाएगा। वड्डी खबर आ पंजाब दे इन्हां अफसरां मुलाजमां लई खुशखबरी। सरकार नैशनल हाईवे ते फ्री कीता टोल। पर उस तो पहलां निक्की जी बेनती आ वीडियो नूं लाइक चैनल नूं सबसक्राइब अते वीडियो नूं वध तो वध शेयर करना ना भुल्यो। दोस्तों तुहाडा एक एक लाइक सबसक्राइब अते शेयर ही साडे लई मोटीवेशन दा काम करदा है। पंजाब सरकार दे अधिकारियां अते कर्मचारियां नूं वड्डी राहत दिती गई है। सरकार ने नैशनल हाईवे ते टोल फ्री कर दिता। सरकार ने अपने आदेश विच कहा है कि यह कार्यकारी इंजीनियर SDO JEE पटवारी जिला कलैक्टर डिप्टी कलैक्टर जल स्रोतों हुण टोल टैक्स नहीं देना पवेगा। इन्हां सारयां नूं ड्यूटी दौरान नैशनल हाईवे ते हर तरह के टोल टैक्स चू छूट दिती गई है। पंजाब विधानसभा सैशन न्यूज़ आज विधानसभा ने RDF ते केंद्र विरुद्ध मता कीता पास। 1 जुलाई तक फंड जारी ना करन दी दित्ती चेतावनी। फंड जारी करन दी दित्ती चेतावनी जे ना कीता तां फिर उन्होंने कहा जी एक्शन लिया जाएगा। पंजाब विधानसभा के 2 रोजा विशेष इजलास के आखिरी दिन RDF फंड के बकाए क्लीयर ना करन ते केंद्र सरकार के खिलाफ मता पास किया गया। मुख्यमंत्री भगवंत मान ने कहा जेकर अगले हफ्ते तक बकाया क्लीयर ना होया तो 1 जुलाई तो सुप्रीम कोर्ट का रुख किया जाएगा। इस दौरान पंजाब के मुख्यमंत्री भगवंत मान ने पेंडू विकास फीस में लैके कांग्रेस पार्टी के राजपाल बनवारी लाल पुरोहित विरुद्ध जोरदार नारेबाजी की। पंजाब के मुख्यमंत्री भगवंत मान ने कहा केंद्र ने सारे राज्यों में 1 व्यक्ति नूं राजपाल वजों तैनात किया। जेकर वह हंगामा नहीं करता जां मुख्यमंत्री नूं पत्र नहीं लिखता तो उन्हां नूं फोन आउंदा है कि तुसीं काम नहीं कर रहे। इस दौरान उन्होंने पंजाब के गवर्नर वालों उन्होंने लिखा प्रेम पत्र दिखाउंदा क्या वह लिखते हैं तो कई सवालों के जवाब पूछते हैं। असीं राजपाल वालों भेजे पत्रां दे जवाब दे चुके हाँ। पंजाब दे राजपाल कोल हन ते उन्हां दी जिम्मेवारी है उसनूं अपनी आवाज़ उठानी चाहीदी है। वलटोहा का दादूवाल से हमला इन्हों बागड़ बिल्लिया कारण ही अज का यह दिन आया। मुख्यमंत्री
ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਪੰਜਾਬ ਕੈਬਨਿਟ ਦੇ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਲਈ ਹਰੀ ਝੰਡੀ ਦੇ ਦਿੱਤੀ ਗਈ। ਇਸ ਸੋਧ ਨਾਲ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਮੁਫਤ ਵਿੱਚ ਮੁਹੱਈਆ ਕਰਵਾਏ ਜਾ ਸਕਣਗੇ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਲਈ ਬਿੱਲ ਲਿਆਂਦਾ ਗਿਆ। ਉੱਧਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਸੰਬੰਧੀ ਆਪਣੇ ਫੇਸਬੁੱਕ ਸਫ਼ੇ 'ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਹਨਾਂ ਨੇ ਆਪਣੇ ਫੇਸਬੁੱਕ ਸਫ਼ੇ ਉੱਤੇ ਦਾਦੂਵਾਲ ਦੀਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ ਇਹਨਾਂ ਬਾਗੜ ਬਿੱਲਿਆਂ ਅਤੇ ਸਿੱਖ ਵਿਰੋਧੀਆਂ ਵੱਲੋਂ ਇੱਕ ਸਾਜਿਸ਼ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਲਈ ਚੁੱਕੇ ਗਏ ਕਦਮਾਂ ਕਰਕੇ ਹੀ ਅੱਜ ਇੱਕ ਸ਼ਰਾਬੀ ਮੁੱਖ ਮੰਤਰੀ ਦਾ ਅਗਲਾ ਗੁਨਾਹ ਭਰਿਆ ਕਦਮ ਚੁੱਕਣ ਦੀ ਜ਼ਰੂਰਤ ਪੈਦਾ ਹੋਈ ਆ। ਇਹਨਾਂ ਨੂੰ ਇਤਿਹਾਸ ਕਦੇ ਵੀ ਮਾਫ਼ ਨਹੀਂ ਕਰੇਗਾ। ਮੁੜ ਬਦਲੇਗਾ ਮੌਸਮ, ਅਗਲੇ 3 ਦਿਨ ਪਵੇਗਾ ਭਾਰੀ ਮੀਂਹ। ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਜਾਰੀ। ਚੱਕਰਵਾਤੀ ਤੂਫਾਨ ਬਿਪਰਜੋਏ ਦੇ ਚੱਲਦਿਆਂ 8 ਦਿਨਾਂ ਤੱਕ ਅਟਕਿਆ ਰਿਹਾ ਮਾਨਸੂਨ ਹੁਣ ਤੇਜ਼ੀ ਨਾਲ ਅੱਗੇ ਵਧਣ ਲੱਗਿਆ, ਜਿਸ ਦੇ ਚੱਲਦਿਆਂ ਚੰਡੀਗੜ੍ਹ ਵਿੱਚ ਅਗਲੇ 3 ਦਿਨ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਚੰਡੀਗੜ੍ਹ ਵਿੱਚ 20, 21 ਅਤੇ 22 ਜੂਨ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਆ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ 40.2 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਦੇ ਬਰਾਬਰ ਰਿਹਾ। ਸੋਮਵਾਰ ਸਵੇਰ ਤੋਂ ਇਸ ਸਮੇਂ ਤੇਜ਼ ਧੁੱਪ ਨਿਕਲੀ ਅਤੇ ਦਿਨ ਦੇ ਤਾਪਮਾਨ ਵਿੱਚ ਵਾਧਾ ਰਿਹਾ। ਦੱਸ ਦਈਏ ਕਿ ਇਸ ਸਾਲ ਜੂਨ ਮਹੀਨੇ ਦੇ ਵਿੱਚ ਆਮ ਨਾਲੋਂ 61% ਘੱਟ ਮੀਂਹ ਪਿਆ ਅਤੇ 1 ਤੋਂ 19 ਜੂਨ ਤੱਕ ਸ਼ਹਿਰ ਵਿੱਚ 28.6 mm ਮੀਂਹ ਪਿਆ। ਕੇਂਦਰੀ ਤਹਿਸੀਲ 'ਚ ਫੈਲੀ ਰਿਸ਼ਵਤ ਖੋਰੀ ਅਤੇ ਖੱਜਲ ਖੁਆਰੀ ਤੋਂ ਪਰੇਸ਼ਾਨ ਲੋਕਾਂ ਦਾ ਸਬਰ ਦਾ ਟੁੱਟਿਆ ਬੰਨ। ਗਿੱਲ ਰੋਡ ਤੇ ਸਥਿਤ ਕੇਂਦਰੀ ਤਹਿਸੀਲ ਵਿੱਚ ਫੈਲੀ ਰਿਸ਼ਵਤਖੋਰੀ ਤੇ ਖੱਜਲ ਖੁਆਰੀ ਤੋਂ ਲੋਕ ਪਰੇਸ਼ਾਨ, ਉਹਨਾਂ ਦਾ ਸਬਰ ਦਾ ਬੰਨ ਟੁੱਟ ਗਿਆ ਜਦੋਂ ਕੜਾਕੇ ਦੀ ਗਰਮੀ ਦੇ ਬਾਵਜੂਦ ਕਈ ਬਜ਼ੁਰਗ ਏਸੀ ਅਤੇ ਪੱਖੇ ਬੰਦ ਹੋਣ ਕਾਰਨ ਬੇਹੋਸ਼ ਹੁੰਦੇ ਦੇਖੇ ਗਏ, ਜਿਸ ਤੋਂ ਬਾਅਦ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦਫ਼ਤਰ ਦੇ ਵਿੱਚ ਤਨਾਇਤ ਮੁਲਾਜ਼ਮਾਂ ਅਤੇ ਸਰਕਾਰ ਖਿਲਾਫ਼ ਜੰਮ ਕੇ ਹੰਗਾਮਾ ਅਤੇ ਗੰਭੀਰ ਦੋਸ਼ ਲਾਏ ਗਏ। ਇੱਕ ਪਾਸੇ ਜਿੱਥੇ ਸਰਕਾਰ ਨੇ ਸੂਬੇ ਦੇ ਵਿੱਚ ਬਿਜਲੀ ਦੀ ਬੱਚਤ ਲਈ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਕਰਤਾ, ਉੱਤੇ ਹੀ ਦੂਜੇ ਪਾਸੇ ਜ਼ਿਆਦਾਤਰ ਦਫ਼ਤਰਾਂ ਦੇ ਕਰਮਚਾਰੀ ਅਤੇ ਅਧਿਕਾਰੀ ਸਵੇਰੇ 9 ਵਜੇ ਤੋਂ ਬਾਅਦ ਹੀ ਆਪਣੀਆਂ ਡਿਊਟੀਆਂ 'ਤੇ ਪਹੁੰਚ ਰਹੇ ਨੇ। ਅਜਿਹੇ 'ਚ ਆਨਲਾਈਨ ਅਪੁਆਇੰਟਮੈਂਟ ਲੈਣ ਦੇ ਬਾਵਜੂਦ ਤਹਿਸੀਲਾਂ 'ਚੋਂ ਸਮੇਂ ਸਿਰ ਪੁੱਜਣ ਵਾਲੇ ਲੋਕਾਂ ਨੂੰ ਘੰਟਿਆਂ ਬੱਧੀ ਅਫਸਰਾਂ ਦਾ ਇੰਤਜ਼ਾਰ ਕਰਨਾ ਪੈਂਦਾ ਅਤੇ ਕੜਾਕੇ ਦੀ ਗਰਮੀ ਦੇ ਬਾਵਜੂਦ ਵੀ ਤਹਿਸੀਲਾਂ 'ਚੋਂ ਆਪਣੀਆਂ ਸਹੂਲਤਾਂ ਦੇ ਨਾਂ 'ਤੇ ਏਸੀ ਪੱਖੇ ਵੀ ਕੰਮ ਨਹੀਂ ਕਰ ਰਹੇ ਅਤੇ ਅਜਿਹਾ ਹੀ ਸਿਸਟਮ ਕੇਂਦਰੀ ਤਹਿਸੀਲ 'ਚੋਂ ਦੇਖਣ ਨੂੰ ਮਿਲਿਆ, ਜਦੋਂ ਦਫ਼ਤਰੀ ਸਮੇਂ 'ਤੇ ਤਹਿਸੀਲ 'ਚੋਂ ਪੁੱਜਣ ਵਾਲੇ ਲੋਕਾਂ ਨੂੰ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਹੋਣ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ। ਬਜ਼ੁਰਗਾਂ ਖਰਾਬ ਏਸੀ ਅਤੇ ਨਮੀ ਦੇ ਕਾਰਨ ਬੇਹੋਸ਼ ਹੋ ਗਏ। ਕਰਜ਼ਾ ਲੈ ਕੇ ਗੱਡੀ, ਘਰ ਅਤੇ ਗੱਡੀ ਖਰੀਦਣ ਨੂੰ ਸੁਪਨਾ ਪੂਰਾ ਕਰਨਾ ਪਵੇਗਾ ਮਹਿੰਗਾ। ਪੰਜਾਬ ਸਰਕਾਰ ਕਰਨ ਜਾ ਰਹੀ ਹੈ ਜੀ ਬਦਲਾ, ਕਰਜ਼ੇ 'ਤੇ ਘਰਾਂ ਜਾਂ ਵਾਹਨ ਲੈਣਾ ਮਹਿੰਗਾ ਪੈ ਸਕਦਾ। ਰਾਜ ਸਰਕਾਰ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਰਜਿਸਟ੍ਰੇਸ਼ਨ ਐਕਟ 1908 ਅਤੇ ਇੰਡੀਅਨ ਸਟੈਂਪ ਡਿਊਟੀ ਐਕਟ 1899 ਦੇ ਵਿੱਚ ਸੋਧ ਕਰ ਦਿੱਤੀ ਹੈ। 1908 ਦੇ ਸੈਕਸ਼ਨ 17 'ਚ ਸੋਧ ਜ਼ਰੀਏ ਸਰਕਾਰ ਇਹ ਤਜਵੀਜ਼ ਲਿਆਉਣ ਜਾ ਰਹੀ ਹੈ, ਕਿਸੇ ਵੀ ਵਿਅਕਤੀ ਵੱਲੋਂ ਘਰ ਲਈ ਜਾਂ ਆਪਣੇ ਵਾਹਨ ਲਈ ਲਏ ਜਾਣ ਵਾਲੇ ਕਰਜ਼ੇ ਨੂੰ ਰਜਿਸਟਰਡ ਕਰਵਾਉਣਾ ਲਾਜ਼ਮੀ ਅਤੇ ਕੁੱਲ ਕਰਜ਼ੇ ਦੀ 0.25% ਜਾਂ ਵੱਧ ਤੋਂ ਵੱਧ 1 ਲੱਖ ਰੁਪਏ ਸਟੈਂਪ ਡਿਊਟੀ ਦੇਣੀ ਹੋਵੇਗੀ। ਕਰਜ਼ਾ ਲੈਣ ਵਾਲੇ ਨੂੰ ਇਸ ਦੇ ਲਈ ਤਹਿਸੀਲ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਬੈਂਕ ਦੇ ਮੈਨੇਜਰ ਨੂੰ ਹੀ ਪ੍ਰਾਪਰਟੀ ਰਜਿਸਟ੍ਰੇਸ਼ਨ ਦਾ ਅਧਿਕਾਰ ਦਿੱਤਾ ਜਾਵੇਗਾ। ਵਿੱਤ ਵਿਭਾਗ ਦਾ ਮੰਨਣਾ ਕਿ ਬੈਂਕ ਹਜ਼ਾਰਾਂ ਕਰੋੜਾਂ ਰੁਪਏ ਦੇ ਕਰਜ਼ੇ ਲੋਕਾਂ ਨੂੰ ਦਿੰਦੇ ਨੇ, ਪਰ ਸਰਕਾਰ ਕੋਲ ਇਸ ਦਾ ਕੋਈ ਰਿਕਾਰਡ ਨਹੀਂ ਜਿਸ 'ਤੇ ਇੱਕ ਰਿਕਾਰਡ ਕਾਇਮ ਹੋ ਜਾਵੇਗਾ। ਸਰਾਜ ਦੇ ਖਜ਼ਾਨੇ ਵਿੱਚ ਵੀ 500 ਕਰੋੜ ਰੁਪਏ ਦੇ ਲਗਭਗ ਰਾਸ਼ੀ ਆ ਸਕਦੀ ਹੈ। ਉਹਨਾਂ ਨੇ ਕਿਹਾ ਜੀ ਇਹ ਸਰਵਿਸ ਚਾਰਜ ਦੇ ਨਾਂ 'ਤੇ ਬੈਂਕ ਪਹਿਲਾਂ ਤੋਂ ਹੀ ਕਰਜ਼ਾ ਲੈਣ ਵਾਲਿਆਂ ਤੋਂ ਰਾਸ਼ੀ ਲੈਂਦਾ ਹੈ, ਇਸ ਨੂੰ ਸਰਕਾਰ ਨੂੰ ਅਦਾ ਨਹੀਂ ਕੀਤਾ ਜਾਂਦਾ। ਸਰਕਾਰ ਇਸ ਲੀਕੇਜ ਨੂੰ ਬੰਦ ਕਰਨ ਦੇ ਲਈ ਯਤਨਸ਼ੀਲ ਹੈ। ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਵੀ ਸੁਖੀ ਨਹੀਂ ਰਹਿੰਦੇ। ਹੋਮੇ ਨੇ ਬਾਦਲਾਂ ਦੀ ਤੌਣ ਪਾ ਦਿੱਤੀ। ਸੁਖੀ ਰੰਧਾਵਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਦਿਨ ਹੈ। ਇਸ ਦੌਰਾਨ ਕਾਰਵਾਈ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਆਪਰੇਸ਼ਨ ਲੋਟਸ ਬਾਰੇ ਸਵਾਲ ਪੁੱਛੇ, ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਸਦਨ 'ਚੋਂ ਬਾਹਰ ਆ ਕੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ RDF ਦੇ ਮੁੱਦੇ 'ਤੇ
ਕਿਹਾ ਕਿ ਇਹ ਸਾਰੀਆਂ ਗੱਲਾਂ ਹੁਣ ਕਿਉਂ ਕਰ ਰਹੇ ਨੇ ਜੋ ਉਦੋਂ ਕਿਤੇ ਸੀ ਜਦੋਂ ਕੇਂਦਰ ਨੇ ਇੱਕ ਸਟੇਟ ਨੂੰ ਤੋੜ ਕੇ ਯੂਡੀ ਬਣਾਇਆ ਸੀ ਉਸ ਸਮੇਂ ਇਹ ਕਿਉਂ ਨਹੀਂ ਬੋਲੇ ਉਸ ਸਮੇਂ ਆਮ ਆਦਮੀ ਨੇ ਉਹਨਾਂ ਦੇ ਹੱਕ ਵਿੱਚ ਵੋਟ ਪਾਈ ਸੀ ਜਦੋਂ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਤੋੜਿਆ ਸੀ ਉਹਨਾਂ ਨੇ ਕਿਹਾ ਜੀ ਇਹ ਸੈਸ਼ਨ ਦਾ ਇੱਕ ਦੋ ਦਿਨ ਦਾ ਬੁਲਾਉਂਦੇ ਨੇ ਇਸ ਵਾਰ ਤਾਂ ਇਹਨਾਂ ਨੇ ਮੁੱਦਾ ਚੁੱਕਿਆ ਪਰ ਅਗਲੀ ਵਾਰ ਇਹ ਗਵਰਨਰ ਨੂੰ ਹਟਾਉਣ ਵਾਲਾ ਬਿੱਲ ਲੈ ਕੇ ਆਉਣਗੇ ਅਤੇ ਫਿਰ ਉਹ ਬਿੱਲ ਲਿਆਉਣਗੇ ਜਿਸ ਵਿੱਚ ਕਿਹਾ ਜਾਵੇਗਾ ਕਿ ਕੇਂਦਰ ਸਰਕਾਰ ਨੂੰ ਕਿਸੇ ਵੀ ਸੂਬੇ ਵਿੱਚ ਗਵਰਨਰ ਲਾਉਣ ਦਾ ਕੋਈ ਹੱਕ ਨਹੀਂ ਇਸ ਦੇ ਨਾਲ ਹੀ ਗੁਰਬਾਣੀ ਪ੍ਰਸਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਕਹਿਣਗੇ ਕਿ ਗੁਰਬਾਣੀ ਦਾ ਪ੍ਰਸਾਰਨ ਇੱਕ ਚੈਨਲ ਨੂੰ ਨਹੀਂ ਮਿਲਣਾ ਚਾਹੀਦਾ ਸਭ ਨੂੰ ਮਿਲੇ ਤਾਂ ਇਹ ਸਰਕਾਰ ਜੋ ਕਹਿੰਦੀ ਹੈ ਕਿ ਮੈਂ ਗੁਰਬਾਣੀ ਮੁਫਤ ਕਰ ਰਹੀ ਹਾਂ ਤਾਂ ਹਉਮੈ ਬਹੁਤ ਮਾੜੀ ਹੈ ਇਸ ਹਉਮੈ ਨੇ ਤਾਂ ਬਾਦਲਾਂ ਦੀ ਧੌਣ ਭੰਨ ਕੇ ਰੱਖ ਦਿੱਤੀ ਹੈ ਜੀ ਗੁਰੂ ਘਰ ਨਾਲ ਜਿੱਥੇ ਨੇ ਵੀ ਮੱਥਾ ਲਾਇਆ ਉਹ ਸੁਖੀ ਨਹੀਂ ਹੈ ਉੱਨੀ 'ਚ ਵਿਦੇਸ਼ ਗਿਆ ਹਰਦੀਪ ਨਿੱਜਰ ਸੁਣੋ ਪਿੰਡ ਦੇ ਸਰਪੰਚ ਨੇ ਕੀ ਕਿਹਾ ਖਾਲਿਸਤਾਨੀ ਹਰਦੀਪ ਨਿੱਜਰ ਦੀ ਬੀਤੇ ਐਤਵਾਰ ਨੂੰ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਨਿੱਜਰ ਜਲੰਧਰ ਦੇ ਪਿੰਡ ਭਾਰ ਸਿੰਘਪੁਰ ਦਾ ਰਹਿਣ ਵਾਲਾ ਅਤੇ ਪਿੰਡ ਦੇ ਸਰਪੰਚ ਰਾਮ ਲਾਲ ਨੇ ਦੱਸਿਆ ਕਿ ਨਿੱਜਰ 1992 'ਚੋਂ ਕੈਨੇਡਾ ਗਿਆ ਸੀ ਇਸ ਬਾਅਦ ਉਹ ਕਦੇ ਪਿੰਡ ਵਾਪਸ ਨਹੀਂ ਆਇਆ NIA ਅਤੇ ਹੋਰ ਜਾਂਚ ਏਜੰਸੀਆਂ ਉਸ ਦੀ ਭਾਲ ਵਿੱਚ ਪਿੰਡ ਆ ਰਹੀਆਂ ਨੇ ਨਿੱਜਰ ਦੇ ਭੜਕਾਊ ਭਾਸ਼ਣਾਂ ਨੇ ਉਸਦੇ ਪਿੰਡ ਦੇ ਲੋਕਾਂ 'ਤੇ ਕੋਈ ਅਸਰ ਨਹੀਂ ਹੋਇਆ ਉਸਦੇ ਮਾਤਾ ਪਿਤਾ ਨੂੰ ਵਿਦੇਸ਼ ਗਿਆ 3 ਸਾਲ ਹੋਊਗੇ ਪਿੰਡ ਵਿੱਚ ਉਸਦਾ ਇੱਕ ਹੀ ਚਾਚਾ ਜੋ ਜ਼ਿਆਦਾਤਰ ਸਮਾਂ ਮੋਟਰ 'ਤੇ ਬਿਤਾਉਂਦਾ ਨਿੱਜਰ ਦੀਆਂ ਅੱਤਵਾਦੀ ਗਤੀਵਿਧੀਆਂ ਕਾਰਨ ਉਸਦੇ ਰਿਸ਼ਤੇਦਾਰਾਂ ਨੇ ਪਿੰਡ ਆਉਣਾ ਬੰਦ ਕਰ ਦਿੱਤਾ ਨਿੱਜਰ ਦੇ ਪਿੰਡ ਦੇ ਲੋਕਾਂ ਨਾਲ ਬਹੁਤ ਘੱਟ ਮੇਲ ਜੁਲ ਰਿਹਾ ਪਿੰਡ ਵਿੱਚ ਉਸਦੀ ਜ਼ਮੀਨ ਜਾਇਦਾਦ ਹੈ ਨਿੱਜਰ ਬਜ਼ੁਰਗਾਂ ਨੇ ਕਿਹਾ ਕਿ ਸ਼ੁਰੂ ਤੋਂ ਨਿੱਘੇ ਸੁਭਾਅ ਦਾ ਹੀ ਪਿੰਡ ਵਿੱਚ ਵੱਖਰੀ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ 'ਚੋਂ ਅੱਤਵਾਦੀਆਂ 'ਤੇ ਸ਼ਿਕੰਜਾ ਕੱਸਣ ਕਾਰਨ ਉਹ ਦੇਸ਼ ਛੱਡ ਕੇ ਕੈਨੇਡਾ ਭੱਜ ਗਿਆ ਟਾਟਾ ਪਾਵਰ ਨੇ 12,000 ਕਰੋੜ ਰੁਪਏ ਦੀ ਨਿਵੇਸ਼ ਯੋਜਨਾ ਇਹਨਾਂ ਸੈਕਟਰਾਂ 'ਤੇ ਹੈ ਫੋਕਸ ਟਾਟਾ ਪਾਵਰ ਨੇ ਆਪਣੇ ਕਾਰੋਬਾਰ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਕੰਪਨੀ ਨਵਿਆਣ ਯੋਗ ਊਰਜਾ ਵੰਡ ਪ੍ਰਸਾਰਨ ਅਤੇ ਸੂਰਜੀ ਉਪਕਰਨ ਨਿਰਮਾਣ ਸਮਰੱਥਾ 'ਤੇ ਧਿਆਨ ਕੇਂਦਰਿਤ ਕਰਨ ਦਾ ਇਰਾਦਾ ਰੱਖ ਰਹੀ ਹੈ ਜਿਸ ਵਿੱਚ ਕੰਪਨੀ 12,000 ਕਰੋੜ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾ ਰਹੀ ਹੈ ਬਿਜਲੀ ਉਤਪਾਦਕ ਕੰਪਨੀ ਟਾਟਾ ਪਾਵਰ ਨੇ ਵਿੱਤੀ ਸਾਲ 2023-24 ਦੇ ਲਈ ਆਪਣੇ ਪੂੰਜੀ ਖਰਚ ਨੂੰ ਦੁੱਗਣਾ ਕਰਕੇ 12,000 ਕਰੋੜ ਰੁਪਏ ਦਾ ਇਰਾਦਾ ਪ੍ਰਗਟਾਇਆ ਅਤੇ ਕੰਪਨੀ ਨਵਿਆਣ ਯੋਗ ਊਰਜਾ ਵੰਡ ਪ੍ਰਸਾਰਨ ਅਤੇ ਸੂਰਜੀ ਉਪਕਰਨ ਨਿਰਮਾਣ ਸਮਰੱਥਾ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ ਸ਼ੈਰੀਮਾਨ ਦੀ ਆਖਰੀ ਐਲਬਮ ਦੇ ਗੀਤ ਰਿਲੀਜ਼ ਗਾਇਕ ਨੇ ਫੈਨਸ ਤੋਂ ਪੁੱਛਿਆ ਕਿਵੇਂ ਲੱਗੇ ਦੱਸਣਾ ਜ਼ਰੂਰ ਹੈ ਪੰਜਾਬੀ ਗਾਇਕ ਸ਼ੈਰੀਮਾਨ ਦੀ ਐਲਬਮ ਕੁੱਲ 18 ਗੀਤ ਰਿਲੀਜ਼ ਹੋ ਚੁੱਕੇ ਨੇ ਦੱਸਦੀ ਹੈ ਸ਼ੈਰੀਮਾਨ ਵੱਲੋਂ ਦਿਨ ਦੀ ਸ਼ੁਰੂਆਤ ਆਪਣੇ ਗੀਤਾਂ ਨੂੰ ਰਿਲੀਜ਼ ਕਰਕੇ ਕੀਤੀ ਗਈ ਅਤੇ ਕਲਾਕਾਰ ਨੇ ਆਪਣੀ ਆਖਰੀ ਐਲਬਮ ਦਾ ਲਾਸਟ ਗੁੱਟ ਐਲਬਮ ਦੇ ਗੀਤਾਂ ਦਾ ਐਲਾਨ ਕਰਦੇ ਹੋਏ ਫੈਨਸ ਨੂੰ ਕਿਹਾ ਜੀ ਐਲਬਮ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਹੈ MS ਧੋਨੀ ਦੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਸੀ BCCI ਸਾਬਕਾ ਚੋਣਕਾਰ ਨੇ ਕੀਤਾ ਵੱਡਾ ਖੁਲਾਸਾ ਭਾਰਤੀ ਕ੍ਰਿਕਟ ਟੀਮ ਨੂੰ ICC ਟੂਰਨਾਮੈਂਟ ਵਿੱਚ ਖਿਤਾਬ ਜਿੱਤੇ ਨੂੰ ਇੱਕ ਦਹਾਕਾ ਬੀਤ ਚੁੱਕਾ ਟੀਮ ਇੰਡੀਆ ਨੇ ਆਖਰੀ ਵਾਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 2023 ਦੇ ਵਿੱਚ ਚੈਂਪੀਅਨ ਟਰਾਫੀ ਜਿੱਤੀ ਸੀ ਉਦੋਂ ਤੋਂ ਲੈ ਕੇ ਭਾਰਤੀ ਟੀਮ ਨੇ ਕਈ ਵਾਰ ICC ਟਰਾਫੀ ਦੇ ਫਾਈਨਲ ਵਿੱਚ ਪਹੁੰਚੀ ਪਰ ਇੱਕ ਵਾਰ ਵੀ ਚੈਂਪੀਅਨ ਨਹੀਂ ਬਣੀ ਹਾਲ ਹੀ ਦੇ ਵਿੱਚ ਭਾਰਤ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰ ਗਈ ਇਸ ਕੜੀ 'ਚੋਂ ਸਾਬਕਾ ਭਾਰਤੀ ਚੋਣਕਾਰ ਭੁਪਿੰਦਰ ਸਿੰਘ ਨੇ BCCI ਵੱਲੋਂ ਧੋਨੀ ਦੇ ਭਰੋਸਾ ਕਰਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਸਦਨ ਵਿੱਚ ਵਿਰੋਧੀਆਂ ਨੂੰ ਸਿੱਧੇ ਹੋ ਗਏ CM ਭਗਵੰਤ ਮਾਨ ਕਿਹਾ ਪ੍ਰਤਾਪ ਸਿੰਘ ਭਾਜਪਾ ਪਤਾ ਨਹੀਂ ਕੀ ਖਾ ਕੇ ਬੋਲਦੇ ਨੇ ਰਾਹੁਲ ਗਾਂਧੀ ਅਤੇ ਵੜਿੰਗ ਨੂੰ ਲਾਏ ਰਗੜੇ ਪੰਜਾਬ ਵਿਧਾਨ ਸਭਾ ਵਿੱਚ ਦੂਜੇ ਦਿਨ ਕਾਂਗਰਸੀਆਂ ਵੱਲੋਂ ਆਪਰੇਸ਼ਨ ਲੋਟਸ ਦਾ ਮੁੱਦਾ ਚੁੱਕਿਆ ਗਿਆ ਜਿਸ ਤੋਂ ਬਾਅਦ ਉਹਨਾਂ ਸਮੇਤ ਪੂਰੀ ਕਾਂਗਰਸ ਵੱਲੋਂ ਵਿਧਾਨ ਸਭਾ ਤੋਂ ਵਾਕਆਊਟ ਕੀਤਾ ਗਿਆ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਭਾਜਪਾ ਤੰਜ ਕੱਸਿਆ ਅਤੇ ਉਹਨਾਂ ਨੇ ਕਿਹਾ ਜੀ ਆਪਣੇ ਘਰ 12 ਪੌੜੀਆਂ ਚੜ੍ਹ ਜਾਣ ਤਾਂ ਸਮਝੋ ਭਾਜਪਾ 'ਚ ਸ਼ਾਮਲ ਹੋ ਗਏ ਮਾਨ ਨੇ ਕਿਹਾ ਭਾਜਪਾ ਪ੍ਰਤਾਪ ਸਿੰਘ ਭਾਜਪਾ ਪਤਾ ਨਹੀਂ ਸਦਨ ਵਿੱਚ ਕੀ ਖਾ ਕੇ ਬੋਲਦੇ ਨੇ ਉਹਨਾਂ ਨੂੰ ਭਾਜਪਾ ਦੀ ਬੜੀ ਫਿਕਰ ਰਹਿੰਦੀ ਹੈ ਦੱਸੋ ਆਪਰੇਸ਼ਨ ਲੋਟਸ ਦਾ ਕੀ ਬਣਿਆ ਉਹ ਆਪਣਾ ਰਸਤਾ ਪਾਲ ਰਹੇ ਨੇ ਦੱਸੋ ਕਿਵੇਂ ਜੇ ਗੱਲ ਸ਼ੁਰੂ ਕਰਦੀ ਹੈ ਤਾਂ ਉਹਨਾਂ ਨੇ ਕਿਹਾ ਜੀ ਉਹਨਾਂ ਦੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਭਾਜਪਾ ਦਾ ਝੰਡਾ ਅਤੇ ਥੱਲੇ ਵਾਲੀ 'ਤੇ ਕਾਂਗਰਸ ਦਾ ਜੇ ਉਹ ਘਰ ਦੀਆਂ 12 ਪੌੜੀਆਂ ਚੜ੍ਹ ਜਾਣ ਤਾਂ ਸਮਝੋ ਭਾਜਪਾ ਦੇ ਸ਼ਾਮਲ ਹੋ ਗਏ ਅਤੇ ਰਾਹੁਲ ਗਾਂਧੀ ਟਰੱਕਾਂ 'ਤੇ ਚੜ੍ਹਿਆ ਫਿਰਦਾ ਅਤੇ ਰਾਜਾ ਵੜਿੰਗ ਬੱਸਾਂ ਤੋਂ ਡਰਿਆ ਫਿਰਦਾ ਕੇਂਦਰ ਖਿਲਾਫ਼ ਮਤਾ ਪਾਉਣ ਸਮੇਂ ਕਾਂਗਰਸੀ ਵਿਧਾਨ ਸਭਾ 'ਚੋਂ ਚਲੇ ਜਾਂਦੇ ਨੇ ਗਵਰਨਰ ਸਾਹਿਬ ਨੇ ਮੈਨੂੰ ਕਈ ਲਵ ਲੈਟਰ ਲਿਖੇ ਹਨ ਵਿਹਲੇ ਹਨ ਹੋਰ ਕੋਈ ਕੰਮ ਨਹੀਂ ਤਾਂ ਚਿੱਠੀਆਂ ਲਿਖਣ ਬਹਿ ਜਾਂਦੇ ਨੇ CM ਭਗਵੰਤ ਮਾਨ ਦਾ ਵੱਡਾ ਬਿਆਨ ਹੈ ਹਾਈ ਕੋਰਟ ਨੇ ਮਣੀਪੁਰ 'ਚ ਇੰਟਰਨੈਟ ਸੇਵਾਵਾਂ ਬਹਾਲ ਕਰਨ ਦੇ ਹੁਕਮ ਕੀਤੇ ਜਾਰੀ ਅਦਾਲਤ ਨੇ ਕਿਹਾ ਹੈ ਕਿ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਵਿਸ਼ੇਸ਼ ਤੌਰ 'ਤੇ
ਵਿਦਿਆਰਥੀਆਂ ਨੂੰ ਜਾਰੀ ਦਾਖਲਾ ਪ੍ਰਕਿਰਿਆ ਲਈ ਇੰਟਰਨੈਟ ਦੀ ਜ਼ਰੂਰਤ ਹੈ। 27 ਮਾਰਚ ਦੇ ਇੱਕ ਹੁਕਮ ਦੀ ਤਬਦੀਲੀ ਵਾਲੀ ਅਪੀਲ ਤੇ ਮੁੜ ਵਿਚਾਰ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ ਹੈ। ਅਗਲੀ ਵੱਡੀ ਖਬਰ, ਸਾਬਕਾ ਕਾਂਗਰਸੀਆਂ ਤੇ ਦਾਅ ਲਾਉਣ ਦੀ ਤਿਆਰੀ 'ਚ ਭਾਜਪਾ ਖੁਦ ਡੁੱਬੇ ਮੰਤਰੀ ਕਿਵੇਂ ਤਾਰਨਗੇ ਭਾਜਪਾ ਦੀ ਕਿਸ਼ਤੀ। ਪੰਜਾਬ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਆਗੂਆਂ ਨੂੰ ਟਿਕਟ ਨਾਲ ਨਿਵਾਜਣ ਦੀ ਰਣਨੀਤੀ ਤੇ ਕੰਮ ਕਰ ਰਹੀ ਹੈ। ਇਹਨਾਂ 'ਚ ਜ਼ਿਆਦਾਤਰ ਸਿੱਖ ਚਿਹਰੇ ਨੇ, ਇਹਨਾਂ ਨੂੰ ਭਾਜਪਾ ਸ਼ੁਰੂ ਤੋਂ ਹੀ ਪੰਜਾਬ ਦੇ ਚੋਣ ਏਜੰਡੇ ਵਿੱਚ ਸ਼ਾਮਿਲ ਕਰ ਰਹੀ ਹੈ। ਸਿੱਖ ਚਿਹਰਿਆਂ ਦੇ ਨਾਂ ਲਾ ਕੇ ਪੰਜਾਬ ਭਾਜਪਾ ਦੀ ਵੱਡੀ ਰਾਜਨੀਤਿਕ ਬਦਲਾਅ ਦੇ ਕਾਰਨ ਫਰਾਕ ਵਿੱਚ, ਪਰ ਵਾਕਈ ਭਾਜਪਾ ਇਹਨਾਂ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਬਦਲਾਅ ਕਰੇਗੀ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਅਗਲੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ, ਸੀਐਮ ਮਾਨ ਨੇ ਜਲੰਧਰ 'ਚ ਕੀਤਾ ਯੋਗਾ। ਮਾਨ ਬੋਲਿਆ, ਉਹ ਸਾਰੇ ਰਲ ਕੇ ਪੰਜਾਬ ਨੂੰ ਤੰਦਰੁਸਤ ਅਤੇ ਸਿਹਤਮੰਦ ਬਣਾਈਏ। ਗੁਰਬਾਣੀ ਪ੍ਰਸਾਰ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਵੀ ਸਹਿਮਤ, ਗੁਰਬਾਣੀ ਤੇ ਨਹੀਂ ਕਿਸੇ ਦਾ ਨਿੱਜੀ ਅਧਿਕਾਰ। ਇੰਦਰਵੀਰ ਸਿੰਘ ਨਿੱਜਰ ਦਾ ਵੱਡਾ ਬਿਆਨ। ਸੀਐਮ ਭਗਵੰਤ ਮਾਨ ਨੇ ਮੋਦੀ ਸ਼ਾਹ ਤੇ ਕੱਸਿਆ ਤੰਜ, ਲੋਕਾਂ ਨੂੰ ਮੁਫ਼ਤ ਬਿਜਲੀ, ਇਲਾਜ ਅਤੇ ਚੰਗੀ ਸਿੱਖਿਆ ਮਿਲਣ ਤੇ ਇਹਨਾਂ ਨੂੰ ਹੋ ਰਹੀ ਹੈ ਦਿੱਕਤ, ਤਾਂ ਸਾਨੂੰ ਕਰ ਰਹੇ ਨੇ ਤੰਗ। ਸੋ ਦੋਸਤੋ ਇਸ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖ਼ਬਰਾਂ। ਧੰਨਵਾਦ।